ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਜੰਡ ਸਾਹਿਬ, ਜੋ ਕਿ ਸਾਧਕ ਵਿਖੇ ਤਿੱਥ ਹੈ। ਇਸ ਜਗ੍ਹਾ ਗੁਰੂ ਮਹਾਰਾਜ ਨੇ ਆਪਣੇ ਮੁਬਾਰਕ ਚਰਨ ਪਾਏ, ਇਸ ਜਗ੍ਹਾ ਨੂੰ ਭਾਗ ਲੱਗੇ। ਇਸ ਜਗ੍ਹਾ ਪਹੁੰਚਣ ਵਾਸਤੇ ਅਗਰ ਆਪਾਂ ਅੰਮ੍ਰਿਤਸਰ ਤੋਂ ਆਉਂਦੇ ਹਾਂ ਤਾਂ 87 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ। ਅਗਰ ਆਪਾਂ ਦਿੱਲੀ ਤੋਂ ਆਉਂਦੇ ਹਾਂ ਤਾਂ 383 ਕਿਲੋਮੀਟਰ, ਅਗਰ ਆਪਾਂ ਲੁਧਿਆਣੇ ਤੋਂ ਆਉਂਦੇ ਹਾਂ ਤਾਂ 107 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ। ਆਓ ਮੇਰੇ ਨਾਲ, ਤੁਸੀਂ ਦਰਸ਼ਨ ਕਰੋ ਗੁਰੂ ਸਾਹਿਬ ਦੇ ਚਰਨਾਂ ਦੀ, ਸ਼ੋ ਧਰਤੀ ਦੇ, ਅਤੇ ਨਾਲ ਨਾਲ ਆਪਾਂ ਇਤਿਹਾਸ ਤੋਂ ਜਾਣੂਗੇ। ਅਰਦਾਸ ਹਮਾਰੀ ਤੁਝ ਆਗੇ, ਅਰਦਾਸ ਹਮਾਰੀ ਤੁਝ ਆਗੇ, ਅਰਦਾਸ ਹਮਾਰੀ ਤੁਝ ਆਗੇ। ਜੀਉ ਪਿੰਡ ਸਭ ਤੇਰਾ, ਜੀਓ ਪਿੰਡ ਸਭ ਤੇਰਾ, ਤੁਝ ਆਗੇ ਅਰਦਾਸ ਹਮਾਰੀ ਤੁਝ ਆਗੇ। ਗੁਰੂ ਸਾਹਿਬ ਦੀ ਸਾਜੀ ਨਾਲ ਜੀ, ਸਾਧ ਸੰਗਤ ਜੀਓ, ਦਸ਼ਮੇਸ਼ ਪਿਤਾ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਮੁਕੱਦਸ ਫਤਿਹ ਦੀ ਸਾਂਝ ਪਾਓ, ਦਿਓ ਪਿਆਰ ਦਾ ਸਬੂਤ, ਸਾਰੇ ਜਾਣੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਕਿ ਆਪਾਂ ਗੋਬਿੰਦ ਮਾਰਗ ਉੱਪਰ ਜਿੰਨੇ ਵੀ ਗੁਰੂ ਸਾਹਿਬ ਦੇ ਗੁਰਦੁਆਰੇ ਹਨ, ਜਿਸ ਜਗ੍ਹਾ 'ਤੇ ਗੁਰੂ ਸਾਹਿਬ ਦੇ ਮੁਬਾਰਕ ਚਰਨ ਪਏ, ਆਪਾਂ ਉਹਨਾਂ ਦੇ ਦਰਸ਼ਨ ਕਰਦੇ ਹਾਂ ਅਤੇ ਨਾਲ ਨਾਲ ਆਪਾਂ ਇਤਿਹਾਸ ਤੋਂ ਜਾਣੂ ਹੁੰਦੇ ਹਾਂ। ਇਸ ਲੜੀ ਦੇ ਤਹਿਤ ਅੱਜ ਆਪਾਂ ਪਹੁੰਚੇ ਹਾਂ ਸਾਧਕ ਜ਼ਿਲ੍ਹਾ ਫਰੀਦਕੋਟ, ਗੁਰਦੁਆਰਾ ਜੰਡ ਸਾਹਿਬ। ਇੱਥੋਂ ਦੇ ਆਪਾਂ ਦਰਸ਼ਨ ਕਰਾਂਗੇ ਅਤੇ ਨਾਲ ਨਾਲ ਆਪਾਂ ਭਾਈ ਸਾਹਿਬ ਹੋਣਾ ਕੋਲੋਂ ਇਤਿਹਾਸ ਵੀ ਸਰਵਣ ਕਰਾਂਗੇ, ਅਤੇ ਗੁਰੂ ਘਰ ਦੇ ਵਜ਼ੀਰ ਹੈੱਡ ਗ੍ਰੰਥੀ ਭਾਈ ਬੂਟਾ ਸਿੰਘ ਜੀ, ਜੋ ਕਿ ਸਾਡੇ ਨਾਲ ਹਨ, ਸਾਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਉਣਗੇ। ਭਾਈ ਬੂਟਾ ਸਿੰਘ ਜੀ, ਆਪ ਸਭ ਦਾ ਸਿੰਘ ਟ੍ਰੈਵਲਰ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਸੰਗਤਾਂ ਦੇ ਨਾਲ ਇਤਿਹਾਸ ਦੀ ਸਾਂਝ ਪਾਓ। ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਿੰਘ ਟ੍ਰੈਵਲ ਚੈਨਲ ਵਾਲਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ, ਜੋ ਕਿ ਸਾਡੇ ਨਗਰ ਵਿੱਚ ਆ ਕੇ ਇਹਨਾਂ ਨੇ ਉਪਰਾਲਾ ਕੀਤਾ ਹੈ। ਹੁਣ ਗੁਰਦੁਆਰਾ ਜੰਡ ਸਾਹਿਬ ਦਾ ਸੰਖੇਪ ਇਤਿਹਾਸ ਤੁਹਾਨੂੰ ਦੱਸਦੇ ਹਾਂ। ਗੁਰਦੁਆਰਾ ਜੰਡ ਸਾਹਿਬ ਉਹ ਪਵਿੱਤਰ ਸਥਾਨ ਹੈ ਜਿੱਥੇ ਸਰਬੰਸ ਦਾਨੀ ਚੋਜੀ ਪਿਤਾ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਦੀ ਜੰਗ ਯੁੱਧ ਪਿੱਛੋਂ ਆਪਣੇ ਪਵਿੱਤਰ ਚਰਨ ਪਾਏ, ਅਤੇ ਜਿਸ ਥਾਂ 'ਤੇ ਜੰਡ ਦਾ ਕਿਲ੍ਹਾ ਗੱਡ ਕੇ ਘੋੜਾ ਬੰਨਿਆ ਅਤੇ ਕਿਲ੍ਹਾ ਹਰਾ ਹੋਇਆ, ਉਹ ਜੰਡ ਅੱਜ ਵੀ ਮੌਜੂਦ ਹੈ। ਜਿਸ ਬੇਰੀ ਹੇਠ ਗੁਰੂ ਜੀ ਬੈਠੇ ਉਹ ਬੇਰੀ ਵੀ ਮੌਜੂਦ ਹੈ। ਗੁਰੂ ਜੀ ਨੇ ਇਸ ਸਥਾਨ 'ਤੇ ਰਾਤ ਰਹੇ, ਸੁਬਾਹ ਹੋਣ 'ਤੇ ਤਿੱਤਰ ਬੋਲਿਆ ਤਾਂ ਗੁਰੂ ਜੀ ਨੇ ਕਿਹਾ, ਜਾਂ ਬੋਲਿਆ ਤਾਂ ਲੱਭਿਆ, ਤਾਂ ਉਸ ਸਮੇਂ ਤਿੱਤਰ ਉਡਾਰੀ ਮਾਰ ਗਿਆ ਤਾਂ ਗੁਰੂ ਜੀ ਨੇ ਸਿੰਘਾਂ ਨੂੰ ਕਿਹਾ ਕਿ ਇਸ ਤਿੱਤਰ ਨੂੰ ਫੜ ਕੇ ਲਿਆਓ, ਅਤੇ ਉਸ ਦੀ ਨਿਸ਼ਾਨੀ ਦੱਸੀ ਕਿ ਇਹ ਇੱਕ ਅੱਖੋਂ ਕਾਣਾ ਹੋਵੇਗਾ। ਸਿੰਘਾਂ ਦੇ ਪਿੱਛਾ ਕਰਨ 'ਤੇ ਤਿੱਤਰ ਝਾੜੀਆਂ ਵਿੱਚ ਲੁਕ ਗਿਆ ਅਤੇ ਸਿੰਘ ਨਿਰਾਸ਼ ਹੋ ਕੇ ਗੁਰੂ ਜੀ ਕੋਲ ਪੁੱਜੇ ਅਤੇ ਇਸ ਸਥਾਨ 'ਤੇ ਅੱਗੇ ਚਲੇ ਗਏ ਤਾਂ ਰਸਤੇ ਵਿੱਚ ਉਸ ਤਿੱਤਰ ਨੂੰ ਫੜ ਲਿਆ ਗਿਆ। ਗੁਰੂ ਜੀ ਨੇ ਸਿੰਘਾਂ ਨੇ ਪੁੱਛਿਆ ਕਿ ਇਹ ਕੀ ਕੌਤਕ ਹੈ, ਤਾਂ ਗੁਰੂ ਜੀ ਨੇ ਕਿਹਾ ਕਿ ਇੱਕ ਜੱਟ ਨੇ ਬਾਣੀਏ ਕੋਲੋਂ ਸਾਨੂੰ ਜਾਮਣ ਰੱਖ ਕੇ ਕਰਜ਼ਾ ਲਿਆ ਸੀ, ਪਰ ਕਰਜ਼ਾ ਵਾਪਸ ਨਾ ਦਿੱਤਾ ਅਤੇ ਜੱਟ ਮਰ ਕੇ ਤਿੱਤਰ ਦੀ ਜੂਣ ਵਿੱਚ ਪੈ ਗਿਆ, ਬਾਣੀਆ ਮਰ ਕੇ ਬਾਜ ਦੀ ਜੂਣ ਵਿੱਚ ਪੈ ਗਿਆ, ਤਾਂ ਦਸ਼ਮੇਸ਼ ਪਿਤਾ ਜੀ ਨੇ ਆਪਣੇ ਹੱਥਾਂ ਨਾਲ ਬਾਜ ਪਾਸੋਂ ਤਿੱਤਰ ਮਰਵਾ ਕੇ ਜਾਮਣੀ ਉਤਾਰੀ। ਉਹ ਗੁਰਦੁਆਰਾ ਵਜੀਤਪੁਰ ਵਿਖੇ ਜਾਮਣੀ ਸਰ ਹੈ, ਅੱਜ ਵੀ ਮੌਜੂਦ ਹੈ ਗੁਰਦੁਆਰਾ ਜਾਮਣੀ ਸਰ। ਇਸ ਗੁਰਦੁਆਰੇ ਦੀ ਲੋਕਲ ਕਮੇਟੀ ਸੇਵਾ ਕਰਾ ਰਹੀ ਹੈ, 24 ਘੰਟੇ ਲੰਗਰ ਚੱਲਦਾ ਹੈ, ਸੇਵਾ ਵੀ ਚੱਲ ਰਹੀ ਹੈ। ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਜਿਸ ਤਰ੍ਹਾਂ ਕਿ ਭਾਈ ਸਾਹਿਬ ਨੇ ਦੱਸਿਆ ਕਿ ਗੁਰਦੁਆਰਾ ਜਾਮਣੀ ਸਾਹਿਬ ਜੋ ਕਿ ਫਿਰੋਜ਼ਪੁਰ ਵਿਖੇ ਹੈ, ਆਪਾਂ ਉੱਥੇ ਵੀ ਚੱਲਾਂਗੇ, ਉੱਥੇ ਦੇ ਵੀ ਦਰਸ਼ਨ ਕਰਾਂਗੇ ਗੁਰਦੁਆਰਾ ਜਾਮਣੀ ਸਾਹਿਬ।
ਜਿਸ ਜਗ੍ਹਾ ਗੁਰੂ ਮਹਾਰਾਜ ਨੇ ਆਪਣੀ ਜਾਮਣੀ ਚੁਕਾਈ ਸੀਗੀ ਇਹ ਤਿੱਤਰ ਨੂੰ ਬਾਜ ਦੇ ਕੋਲੋਂ ਧੀ ਕਰਾ ਕੇ ਮਿਲਦੇ ਆਪਾਂ ਗੁਰੂ ਸਾਹਿਬ ਦੇ ਅਗਲੇ ਇਤਿਹਾਸ ਦਿਓ ਇਜਾਜ਼ਤ ਫਿਰ ਮਿਲਾਂਗੇ ਪਾਓ ਫਤਿਹ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਰਦਾਸ ਹਮਾਰੀ ਤੁਝ ਆਗੇ ਅਰਦਾਸ ਹਮਾਰੀ।